ਬਾਲਾ ਭੇਜੋ ਜੀ ਬਾਲਾ ਜਿਹੜੇ ਬਈ ਨਹੀਂ ਕਹਿੰਦੇ ਸ਼ਰਮਾਲ ਕਹਿੰਦੇ ਖੇਡਦੇ ਮੈਦਾਨ ਦੇ ਵਿੱਚ ਫਾਈਨਲ ਮੈਚ ਇੱਕ ਪਾਸੇ ਟੀਮ ਕਹਿੰਦੇ ਆ ਗਈ ਗਰਾਊਂਡ ਦੇ ਵਿੱਚ ਕਹਿੰਦੇ ਮੁੰਡੇ ਹਰੀਪੁਰੇ ਪਿੰਡ ਦੇ ਰਾਜਸਥਾਨ ਦੀ ਕਹਿੰਦੇ ਧਰਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਦੂਜੇ ਪਾਸੇ ਕਹਿੰਦੇ ਭਾਗੂ ਪਿੰਡ ਮੁੰਡਿਆਂ ਦਾ ਹੈ ਸੀਤ ਦੇ ਕਹਿੰਦੇ ਲਾਗੇ ਕਰਕੇ ਪਿੰਡ ਹੈ ਬੜਾ ਸੋਹਣਾ ਮੈਚ ਰਹੀਆਂ 12 ਗਰਾਊਂਡ ਖੇਡ ਲਈਏ ਵੀ ਇਕੱਠੀ ਕਰਕੇ ਰੱਖ ਲਓ ਤੇ ਮੈਂ ਜਿਹੜਾ ਪ੍ਰੇ ਕਰਦੀ ਹੈ ਆਪਾਂ ਖੇਡ ਦੀ ਵੀਰਾਂ ਨੂੰ ਜਿਹੜੀਆਂ 12 ਗਰਾਊਂਡ ਦੇ ਵਿੱਚ ਭੇਜੀ ਲੈ ਵੀ ਦੱਸੂ ਚੈੱਕ ਕਰ ਲਓ ਮੇਰੇ ਵੀਰ ਤੇ ਮੈਂ ਜੇ ਆਪਾਂ ਪ੍ਰੇ ਕਰਦੀ ਹੈ ਦੋਵੇਂ ਟੀਮਾਂ ਦੇ ਦਰਮਿਆਨ ਹਾਂਜੀ ਜਿਹੜੇ 6-6 ਓਵਰ ਦਾ ਮੈਚ ਹੈ ਜਿਹੜਾ ਕਿਹੜੇ ਕਿਹੜੇ ਜਣਾ ਦੋਵੇਂ ਟੀਮਾਂ ਦੇ ਦਰਮਿਆਨ ਇਹ ਟੀਮਾਂ ਜਿਹੜੀਆਂ ਧਿਆਨ ਰੱਖ ਲੈਣ ਬਾਲ ਦੇ ਟੀਮ ਹਰੀਪੁਰੇ ਪਿੰਡ ਦੀ ਤੇ ਬੈਰੀ ਦੇ ਕਹਿੰਦੇ ਟੀਮ ਨੇ ਵੀ ਖੇਡਦੇ ਮੈਦਾਨ ਦੇ ਵਿੱਚ ਕਹਿੰਦੇ ਭਾਗੂ ਪਿੰਡ ਦੇ ਕਹਿੰਦੇ ਮੁੰਡੇ ਆ ਗਏ ਹੈ ਪਹਿਲਾ ਓਵਰ ਪਾਉਂਦੇ ਜੀ ਕਹਿੰਦੇ ਬੜਾ ਦਰਿੰਦਰ ਕਹਿੰਦੇ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੇ ਜਿਹੜਾ ਹਰੀਪੁਰਾ ਪਿੰਡ ਹੈ ਲਓ ਸਾਹਮਣੇ ਫੇਲ ਦੀਆਂ ਸ਼ੁਰੂਆਤਾਂ ਨੇ शेयर करो भरा अपने यार फाइनल मैच है हरीपुरा ते भागू का नहीं नहीं वीरे लास्ट मैच ਲਾਓ ਸਾਹਮਣੇ ਦੇਖੀਏ ਪਹਿਲੀ ਬਾਲ ਪਾਉਣ ਦੇ ਲਈ ਕਹਿੰਦੇ ਬੜਾ ਤਿਆਰ ਜਵਿੰਦਰ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੀਏ ਦੂਜੇ ਪਾਸੇ ਜੱਸੂ ਆ ਕੋਟ ਭਾਈ ਪਿੰਡ ਦਾ ਮੁੰਡਾ ਹੈ ਵੀਰੇ ਫਿਨਾਲ ਦੀ ਕਹਿੰਦੇ ਹਿੱਟ ਖੇਡੀ ਹੈ ਰਾਜੇ ਸ਼ੇਰੇ ਕਹਿੰਦੇ ਬਾਲੇ ਨੇ ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਜਿਹੜਾ ਤੀਰ ਨਿਸ਼ਾਨੇ ਖੁੱਲੇ ਦੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਯਕੀਨ ਦੋਸਤੋ ਜਿਹੜਾ ਪਹਿਲਾ ਕਰਦੇ ਬਾਅਦ ਉਹਦੀ ਜਿੱਤ ਯਕੀਨ ਦੋਸਤੋ ਜਿਹੜਾ ਪਹਿਲਾ ਕਰਦੇ ਬਾਅਦ ਜਾਂ ਕਿ ਜਿੱਤੋ ਦੇ ਵੀ ਸੂਰਮਾ ਹੈ ਜੋ ਹਰ ਵਾਰ ਹੈ ਤਿਆਰ ਲਓ ਸਾਹਮਣੇ ਬਾਲ ਪਾਉਂਦੇ ਨਹੀਂ ਬੜਾ ਦਵਿੰਦਰ ਹੈ ਲਓ ਤਿਆਰ ਫਿਰ ਤਿਆਰ ਹੈ ਪਹਿਲੀ ਬਾਲ ਇਹਦੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਜੱਸੂ ਮੁੰਡਾ ਕੋਲ ਭਾਈ ਪਿੰਡ ਦਾ ਹੈ ਕਰਦਾ ਟਰਾਈ ਹੈ ਫਾਈਨਲ ਮੈਚ ਦੋਵੇਂ ਟੀਮਾਂ ਦੇ ਦਰਮਿਆਨ ਕਹਿੰਦੇ ਖੇਡਿਆ ਜਾ ਰਿਹਾ ਹੈ ਟੱਕਰ ਕਹਿੰਦੇ ਫਤੀ ਹੈ ਲਾਓ ਸਾਹਮਣੇ ਦੇਖੀਏ ਬਾਲ ਪਾਉਂਦੇ ਨਹੀਂ ਕਹਿੰਦੇ ਦਵਿੰਦਰ ਕਹਿੰਦੇ ਫਲ ਆਇਆ ਹੈ ਆਪਣੀ ਕਹਿੰਦੇ ਟੀਮ ਦੇ ਲਈ ਫਾਈਨਲ ਮੈਚ ਹੈ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਕਿ ਇੱਕਾਂ ਦੇ ਟੱਪ ਗਈ ਉਹ ਮਾਪਿਆਂ ਦੇ ਘਰ ਦੇ ਫੜਦੀ ਕਿਤੇ ਵੀ ਸਮਝ ਮੰਨੇ ਹੋ ਨਹੀਂ ਉਹ ਅਮਰੀਕਾ ਵਿੱਚ ਉਹ ਬੈਠ ਹੁੰਦੇ ਹੋ ਕੰਮ ਖਾਲੀ ਨਹੀਂ ਕਰਕੇ ਰੱਖਦੇ ਹੋ ਆਹ ਜੰਗਲ ਦੇ ਤਖਤ ਜਾਂਦੇ ਨਹੀਂ ਉਹ ਪਲਟੇ ਤੇ ਘੇਰ ਕੇ ਉਹ ਗਿਰਦਾ ਉਹਦੀ ਡਾਰ ਨੂੰ ਮਾਰੇ ਦੋ
ਮਰਾੜ ਕਲਾਂ ਚਾਰ ਬੰਦੇ ਇੱਕ ਹੁਣ ਪਹੁੰਚ ਧਰਨੀ
हाँ जी हाँ जी मेरे हरिपुरा राजस्थान वाली टीम ही है। लाओ सब देखे भाग पाउंदे नहीं कहते बंदा धर्मेंद्र कहते बात आया ਜਿਹੜਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਆ ਕੇ ਫੇਰ ਅੰਦਰ ਪੜਾਈ ਕਰ ਦਿੰਦਾ ਗਿਆ ਜਿਹੜਾ ਵਿਰਾਟ ਕੋਹਲੀ ਟੀਮ ਨੂੰ ਰਾਹੁਲ ਸਾਹਿਬ ਨੇ ਖੇਡ ਦਿੱਤਾ ਇਸ਼ਾਰਾ ਆਪਾਂ ਦੇਖੇ ਰਾਣੇ ਨੇ ਕਦੇ ਕਹਿੰਦੇ ਬਾਹਰੇ ਨੇ ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਇੱਕ ਸਕੋਰ ਕਹਿੰਦੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਹਿੰਦੇ ਜ਼ੋਰ ਦਿੱਤਾ ਮੁੰਡੇ ਨੇ ਬਾਲਾਪੁਰ ਸੀਰੀ ਕਹਿੰਦੇ ਪੈਰੀਆਂ ਨੇ ਖੇਡ ਦੇ ਮੈਦਾਨ ਦੇ ਵਿੱਚ ਇਹ ਮੁੰਡਾ ਕਹਿੰਦੇ ਗੁਰਦਾਰਾ ਹਰੀਪੁਰੇ ਪਿੰਡ ਦਾ ਹੈ ਜਿਹੜਾ ਕਹਿੰਦੇ ਬਾਲਾ ਕਹਿੰਦੇ ਕਰ ਰਿਹਾ ਹੈ ਮੇਹਦੀਆਂ ਦੇ ਸੁਪਨੇ
ਢਿੱਲੋ ਟਾਵੇ ਪੈਰ ਛੱਡਦੇ ਨਿਸ਼ਾਨ ਜਿੱਤਦੇ ਤੇ ਨਲੂਏ ਦੇ ਚੇਲੇ ਹੋਣਾ ਜਿੱਤਦੇ ਨਲੂਆ ਦੇ ਤਾਣ ਕੇ ਨਸਾਰ ਨਹੀਂ ਹੁੰਦੇ ਲਿਮਟਾਂ ਦੇ ਚੱਕੀਆਂ ਜਾਂ ਜਿੱਤਾਂ ਅਕਲਾਂ ਨੂੰ ਪੈਂਦੇ ਗਲੇ ਚੋਰ ਨਹੀਂ ਹੁੰਦੇ ਲਿਮਟਾਂ ਦੇ ਚੱਕੀਆਂ ਜਾਂ ਜਿੱਤਾਂ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਲਓ ਸਾਹਮਣੇ ਦੇਖੇ ਇੱਕਰਾਂ ਦੇ ਫਾਰੇ ਬਾਬੂ ਦੀ ਧਰਨੀ ਦਾ ਕਹਿੰਦੇ ਵਿਪਲ ਆਪਣੀ ਟੀਮ ਨੇ ਵੀ ਕਹਿੰਦੇ ਕਰ ਗਿਆ खिलाड़ी कदे त्यार फल त्यार है लाओ सामने देखेंगे पवना आ गया जी ने पवना पाउनिया ने जेड़िया खेल के मैदान के उस्ताद वर्गा खिलाड़ी है जी क्रिकेट है इन्हें खिलाड़ियों ने कहते ढोल के पीती हुई है जीने फुल वाला पाउनिया ने यह पुला कहते सामने देखेंगे पवन आ गया है ਜਿਹੜਾ ਹਰੀਪੁਰਾ ਪਿੰਡ ਹੈ ਪੁਰਾਣੇ ਸਮੇਂ ਤੋਂ ਕਹਿੰਦੇ ਚਾਕੇ ਅੱਜ ਦੀ ਕ੍ਰਿਕਟ ਦੇ ਵਿੱਚ ਕਹਿੰਦੇ ਹੁੰਦੇ ਮੁੰਡਿਆਂ ਦੇ ਲਓ ਸਾਹਮਣੇ ਦੇਖੇ ਉਸ ਏਰੀਏ ਦੇ ਵਿੱਚ ਚੋਟੀ ਦੇ ਖਿਡਾਰੀ ਜਿਹਨਾਂ ਨੇ ਲੰਬੇ ਸਮੇਂ ਤੋਂ ਆ ਭਲੇ ਭਲੇ ਕਰਾਈ ਆ ਪਾਉਣਾ ਮੁੰਡਾ ਹੈ ਹਰੀਪੁਰੇ ਪਿੰਡ ਹੈ ਜਿਹੜਾ ਕਹਿੰਦੇ ਬਾਲਾ ਕਹਿੰਦੇ ਕਰਨ ਆਇਆ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਬਾਹਰ ਪਾਉਂਦੇ ਨਹੀਂ ਮੁੰਡਾ ਤਿਆਰ ਹੈ ਲਓ ਸਾਹਮਣੇ ਦੇਖੇ ਖੇਡ ਦੇ ਮੈਦਾਨ ਦੇ ਵਿੱਚ दूजे पासे कहते भागू की धरती का मुंडा साहिल है त्यार और त्यार पहली बाल वाह मुंडे बाल श्री जी है मैं पहला दसे खिलाड़ियों भी तैयारी बहुत करते ਕਈ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਖੇਡ ਦਾ ਕਹਿੰਦੇ ਲੋਹਾ ਬਣਵਾਇਆ ਹੈ ਲਵੀ ਭਾਗੂ ਵਾਲੇ ਫੇਰ ਲੋਕਾਂ ਨੇ ਗੱਲਾਂ ਕੀਤੀਆਂ ਫੇਰ ਲੋਕੀ ਪਿਆਰ ਕਰਦੇ ਆ ਮੁੰਡਿਆਂ ਦੀ ਖੇਡ ਨੂੰ ਪ੍ਰਾਈਵੇਟ ਖੇਡ ਦੇ ਵਿੱਚ ਭਾਗੂ ਵਾਲੇ ਮੁੰਡੇ ਨੇ ਵੀ ਦਿਲ ਜਿੱਤੇ ਲੋਕਾਂ ਦੇ ਲਓ ਸਾਹਮਣੇ ਦੇਖੇਗੇ ਖੇਡ ਦੇ ਮੈਦਾਨ ਦੇ ਵਿੱਚ ਬਾਹਰ ਪਾਉਂਦੇ ਨਹੀਂ ਪਾਉਣਾ ਕਹਿੰਦੇ ਤਿਆਰ ਹੈ ਪੈਂਦੀ ਹੈ ਬਾਲ ਦੂਜੇ ਪਾਸੇ ਸਾਹਿਲ ਮੁੰਡਾ ਭਾਗੂ ਦੀ ਧਰਤੀ ਦਾ ਤਿਆਰ ਹੈ ਫਾਈਨਲ ਮੈਚ ਦੋਵੇਂ ਟੀਮਾਂ ਦਾ ਹੈ ਪੈਂਦੀ ਬਾਲ ਕੁਸ਼ਤੀਆਂ ਢਾਉਣੀਆਂ ਕੇ ਜਿਹੜਾ ਘੁੱਲ ਤੋਂ ਪਹਿਲਾਂ ਹੀ ਪੀ ਛੱਡੇ ਤੇ ਮੇਰ ਦੀ ਨਾ ਉਸਤਾਦਾਂ ਦੇ ਹੋਰ ਦਾ ਦਰਸ਼ਨ ਹੈ ਪੈਰ ਧੋ ਧੋ ਕੇ ਫਿਰ ਪੀ ਛੱਡੇ ਮੇਰ ਦੀ ਨਾ ਉਸਤਾਦਾਂ ਦੇ ਹੋਰ ਦਰਸ਼ਨ ਹੈ ਤੇ ਪੈਰ ਧੋ ਧੋ ਕੇ ਫਿਰ ਪੀ ਛੱਡੇ ਬਾਹਰ ਪੈ ਰਹੀ ਹੈ ਲਓ ਸਾਹਮਣੇ ਦੇਖੇ ਲਵੀ ਭਾਗੂ ਦਾ ਤਗੜਾ ਆਇਆ ਹੈ ਲਵੀ ਮੈਚ ਹੀ ਟੋਟੀ ਹੈ ਪਰ ਪਾਉਣਾ ਛੱਕਾ ਨਹੀਂ ਖਾਂਦਾ ਹੈ ਪਰ ਭਾਗੂ ਆ ਗਿਆ ਨਾ ਆਈ ਦੇ ਦਿਨ ਦੇ ਵਿੱਚ ਢਾਣੀ ਟਕਾਣੇ खिलाड़ियों नची है लाओ सामने देखेंगे बाला पै रही नहीं खेल के मैदान पर भागू वाले मुंडे ने भी अज बड़े बड़े की दौड़ कसी है मेरे से ਚਾਰ ਓਵਰ ਦੀ ਸਮਾਪਤੀ ਦੇ 45 ਰਨ ਕਹਿੰਦੇ ਬਣ ਚੁੱਕੇ ਨੇ
जी खेल के मैदान देखेंगे अगला ओवर पाने लीगे के बंदा तैयार खेल के मैदान पड़ताली हल्के के बड़े बहुत टीम हरिपुरे पिंड की मुंडे राजस्थान के है दूजे पास टीम जी खेल के मैदान भागू पिंड की मुंडे रंगले पंजाब के है एक पास कहते हिंदुस्तान का सब तो बड़ा स्टेट है राजस्थान मुंडे आप देखेंगे खेल के मैदान बार पाते नहीं कहते खिलाड़ी तैयार है लाओ उस समय देखेंगे ग्राउंड पहली बाल इस ना की मिलेगा जलमीत है मुझे जो थैला कर मुझे जलमीत जगतमीत लाओ उस समय देखेंगे अखर ला कह सवेर है मुझे जलमीत बाल पाने की तैयार है लाओ सबने दो आगे दो जेड़े दोस्तों फावे गए जेड़े खेल के मैदान जेड़े दोस्तों फावे खेल के मैदान लाओ सामने लाओ सामने देखेंगे साहिल मुंडा भागू की धरती जगमीत मुंडा हरिपुर पिंड है मुंडा कहते राजस्थान है बाल टिकाने की करी है लाओ सामने देखेंगे खेल के मैदान भागू की धरती है कहते साहिल लाओ तैयार 53 रन हो गए मेरे 53 इस तो बाद 6 वाला रवि भागू वाला बाकी रह जाने ने रन एक दूजे की ट्राई हायो मेरा रब रन दो 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 मौके का बहुत देते हरी पर आए ने लाओ सामने देखे रन जे दो जेड़े खेल के मैदान के विच कहते जोर दिते मुंडे ने जेड़े आप देखेंगे 55 रन हो गए 55 जेड़े दो स्कोर कहते जुड़ चुके ने जेड़े खेल के मैदान के विच बहुत जरूरी टिकाइया सी चौका जो बड़े भंगड़े बनाते पुत शेरों ने बाग ला के बदामा ने ढिल है पुछी रही रेट कदे बेरों ने कदे दंदोना सफेदी भी नहीं छड़ गए कदे जात वाल पक् होना यार मरे बंदे दे नेफे जो जरा निकले कि अग लाउणी असे हथियार नो लाओ सामने ओवर समापत 56 रन हो गए वीरे लास्ट ओवर दी कहिंदे बाल जिहड़ियां पैणियां जिहड़ियां खेड दे मैदान दे विच आपां देखेंगे लास्ट ओवर दी कहिंदे बाल जिहड़ियां पाउणे लई मुंडा हरिपुर दी धरती दा कहिंदे तैयार है खेड दे मैदान दे विच आपां देखेंगे सिद्धू अभिषेक आ गया मैनूं लगदा मुंडा जिहने हुण बारां पाउणियां ने ਇਹ ਅਭਿਸ਼ੇਕ ਮੁੰਡਾ ਹਰੀਪੁਰ ਪਿੰਡ ਦਾ ਹੈ ਲਾਓ ਸਾਹਮਣੇ ਦੇਖੇ ਬਾਹਰ ਪਾਉਣ ਦੇ ਲਈ ਕਹਿੰਦੇ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਹਰੀਪੁਰ ਦੀ ਧਰਤੀ ਦਾ ਬਾਹਰ ਪਾਉਣ ਦੇ ਲਈ ਫਲਿੰਗ ਹੈ ਜਿਹੜਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਜਿਹੜੇ 56 ਰਨ ਕਹਿੰਦੇ ਫੜ ਚੁੱਕੇ ਨੇ ਦੂਜੇ ਪਾਸੇ ਸਾਹਿਲ ਹੈ ਮੁੰਡਾ ਭਾਗੂ ਦੀ ਧਰਤੀ ਦਾ ਹੈ ਜਿਹੜਾ ਕਹਿੰਦੇ ਸਟਾਈ ਕਹਿੰਦੇ ਕਰਦਾ ਆਇਆ ਹੈ ਪੈਂਦੀ ਹੈ ਬਾਲ ਲਾਓ ਉੱਪਰ ਕਾਰ ਸੋ ਮੈਨੂੰ ਇਸੀ ਦੇਣੀ ਨਾ ਉਹਨੇ ਆਖਿਆ ਹੈ ਉਹਨੇ ਆਖਿਆ ਕੀ ਵੇ
ਸੂਰਜ ਦੇਵਤਾ ਦੀਆਂ ਕਰਮਾਂ ਵੀ ਹੌਲੀ ਹੌਲੀ ਮੰਤਰ ਹੁੰਦੀਆਂ ਜਾਂਦੀਆਂ ਨੇ ਤੇ ਕਹਿੰਦੇ ਮੈਚ ਵੀ ਜੋਤੀ ਦਾ ਬਾਕੀ ਵੀ ਟੀਮ ਨੇ ਹੁਣ ਧੰਨ ਧੰਨ ਕਰਵਾ ਲੈਂਦੀਆਂ ਲਓ ਸਾਹਮਣੇ ਦੇਖੇ ਗੱਲ ਕਰਨੀਆਂ ਟਿਕਾਣੇ ਬਾਹਰ ਪਾਉਣ ਦੀ ਮੁੰਡਾ ਤਿਆਰ ਹੈ ਭਾਗੂ ਦੀ ਧਰਤੀ ਦਾ ਕਹਿੰਦੇ ਸਾਹਿਲ ਹੈ ਲਓ ਸਾਹਮਣੇ ਦੇਖੇ ਪੈਂਦੀ ਗੱਲ ਕੇਵਲ ਮੈਦਾਨ ਦੇ ਵਿੱਚ ਫਾਇਰ ਆ ਰਹੀ ਕਹਿੰਦੇ ਫੈਸਲੇ ਜਿਹੜੇ ਅੰਪਾਇਰ ਨੇ ਕਹਿੰਦੇ ਕਰ ਦਿੱਤੇ ਨੇ ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਹਾਰੀ ਦੀ ਕਹਿੰਦੇ ਫਾਇਰ ਪੈਗੀ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਮੈਚ ਜੋਤੀ ਹੈ ਟੱਕਰ ਟਕਾਣੇ ਦੀ ਹੈ ਹਗੇ ਵੀਰੇ ਪਰ ਨਹੀਂ ਹੈਗਾ ਹੁੰਦਾ ਬਾਹਰ ਪਾਉਣ ਦੇ ਲਈ ਬਾਹਰ ਆਇਆ ਹੈ ਨਹੀਂ ਭਾਗੂ ਆ ਲਾਓ ਸਾਹਮਣੇ ਸਾਹਮਣੇ ਪ੍ਰਣਵ ਦੇਖੇ ਆਪਾਂ ਜਿਹੜੇ ਉਹ ਦੋ ਆ ਗਏ ਨੇ ਫਿਰ ਦੇ ਮਨਾਂ ਦੇ ਵਿੱਚ ਦੁਸ਼ਮਣ ਦੀ ਥਾਲੀ ਵਿੱਚ ਕਦੇ ਵੀ ਖਾਣਾ ਖਾਈਏ ਨਾ ਯਾਦਦਾਰ ਨਾ ਭੁੱਲ ਕੇ ਵੀ ਕਦੇ ਯਾਰੀ ਲਈਏ ਨਾ ਸ਼ਰਦੀ ਵੀ ਨਾ ਸਾਹਮਣੇ ਬੰਦੇ ਮਾਰ ਮਗਾਉਂਦੀ ਏ ਪੈਂਦੇ ਦਸਣ ਬਣਾ ਕੇ ਜਦੋਂ ਜਵਾਨੀ ਆਉਂਦੀ ਏ ਪੈਂਦੇ 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 ਦਸਣ ਬਣਾ ਕੇ ਜਦੋਂ ਜਵਾਨੀ ਆਉਂਦੀ ਏ ਲਓ ਸਾਹਮਣੇ ਦੇਖੇ ਬਾਲ ਟਿਕਾਣੇ ਦੀ ਏ ਟਾਰਗੇਟ ਬੈਠਾ
हरीपुरे की टीम ने मैच जितने फाइनल मैच है दोवे टीम जेड़ा फाइनल मुकाबला खेले जा रहे हैं दोवे टीम के दरमियान करो जी करो मैच शुरू खाजे वीरे नहीं साहिल खाजे वीरे जल्दी नहीं जल्दी ना मैच शुरू कर दिया पर बेटी साले वीरे को जेड़े स्टाफ ना मैंने देखा था आ गए है आओ आ गया मनु के लिए फिर ना उदी तो धीरे बोला है ना के लिए अपन देखेंगे खेल दे बलाव दे बेटे मुंडा हरी बोली तो धीरे के लिए खेल दे बलाव दे बेटे पहली खाल जेड़ी पौड़े की मुंडा के लिए तैयार भर तैयार है जेड़ा खेल दे बलाव दे बेटे अपन देखेंगे साहिल ना के लिए भागू बेटा है खेल मुंडे ने के लिए पहली खाल के लिए करनी ग्राउंड दे बेटे लाओ सामने देखेंगे दूजी लीग में शुरुआत है जितने भी जेड़े सरवंजा रंजे लाओ सब लिखेंगे बाकी नहीं
ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਹਲੇ ਉਹਦੀਆਂ ਸ਼ੁਰੂਆਤਾਂ ਜਿਹੜੀਆਂ ਹੋਣਗੀਆਂ ਜਿਹੜੇ 57 ਰਨ ਜਿਹੜੇ ਉਹ ਬਾਕੀ ਨੇ ਖੇਡ ਦੇ ਮੈਦਾਨ ਦੇ ਵਿੱਚ ਲਾਓ ਸਾਹਮਣੇ ਰਹਿੰਦੀਆਂ 30 ਬਾਲਾਂ ਦੇ ਵਿੱਚ ਜਲਦੀ ਨਾਲ ਮੈਚ ਦਾ ਆਪਣੇ ਰੱਖੇ ਜੀ ਮਾਈਕ ਲਗਾਉਣੇ ਕਾਰ ਵਿੱਚ ਸਾਡਾ ਵੀਰ ਰਾਜਾ ਸਿੰਘ ਜੀ ਸਾਹਮਣੇ ਵੱਡਾ ਧੰਨਵਾਦ ਵੀਰ ਦਾ ਬਹੁਤ ਵੱਡਾ ਧੰਨਵਾਦ ਸਾਡੇ ਸਾਰੇ ਵੀਰਾਂ ਦਾ ਉਧਰ ਸਾਡੇ ਦਰਮਿਆਨ ਸਾਡੀ ਆਮ ਮੈਂ ਚੀਚੀ ਤੜੀ ਦਾ ਸਨਮਾਨ ਕਰਕੇ ਆਏ ਬਹੁਤ ਵੱਡਾ ਧੰਨਵਾਦ ਕਰਦੇ ਅਸੀਂ ਸਾਡੇ ਦਰਮਿਆਨ ਸਰਦਾਰ ਜਸਪਾਲ ਸਿੰਘ ਢਿੱਲੋਂ ਪੀਡੀਐਸ ਡੀਐਸਪੀ ਸਾਹਿਬ ਲੋਟ ਇੰਸਪੈਕਟਰ ਗ੍ਰੇਸ ਸਿੰਘ ਜੀ ਕੰਬੋਜ ਮੁੱਖ ਅਫਸਰ ਥਾਣਾ ਕਵਰ ਵਾਲਾ ਏਐਸਆਈ ਸੁਖਵਿੰਦਰ ਸਿੰਘ ਲੀਡਰ ਡੀਐਸਪੀ ਸਾਹਿਬ ਲੋਟ ਉਹਨਾਂ ਬਹੁਤ ਵੱਡਾ ਧੰਨਵਾਦ ਕਰਦੇ ਅਸੀਂ ਸਾਡੇ ਨਾਲ ਪਹੁੰਚ ਚੁੱਕੇ ਮੈਂ ਬੇਨਤੀ ਕਰਦਾ ਹਾਂ ਦੋ ਮਿੰਟ ਕੀਪਰ ਇਹ ਪਿੱਛੇ ਲਾਈਨ ਨਾ ਭੁੱਲਣ ਮੈਨੂੰ 1 ਮਿੰਟ ਦੁਪਹਿਰਾ ਭਾ ਆਪਣੇ ਰੋਹਿਤ ਜੂਰ ਭਾ ਆਪਣੇ ਜਸੀ ਕੀਪਰ ਜਲਦੀ ਨਾਲ ਲਾਈਨ ਭਾ ਦੇ ਜਲਦੀ ਨਾਲ ਸਮਾਨ ਪਤਾ ਵੀ ਘਾਟਾ ਹੈ ਦੋ ਮਿੰਟ ਕੀਪਰ ਇਹ ਜਲਦੀ ਨਾਲ ਪਿੱਛੇ ਲਾਈਨ ਭੁੱਲ ਜਾਣ ਅਜੀ ਤੋਂ ਤੁਸੀਂ ਖੜੇ ਹੋ ਤੁਸੀਂ ਨਾ ਆਇਓ ਆਹੀ ਮਸਾ ਆਹੀ ਦੇ ਵਿੱਚ ਖੜੇ ਆ ਆਹੀ ਵਿੱਚ ਖੜੇ ਪਿੱਛੇ ਲਾਈਨ ਭੁੱਲ ਜਾਣ ਭਾ ਆਪਣੇ 1 ਮਿੰਟ ਲਈ ਸਿਰਫ 1 ਮਿੰਟ ਲਈ ਜਿਹੜੀ ਕੀਪਰ ਦੀ ਲਾਈਨ ਭੁੱਲ ਜਾਣ 1 ਮਿੰਟ ਲਈ ਘੱਟ ਸਮਾਂ ਲਈ ਥੋੜਾ ਜਿਹਾ ਲਵਾਂਗੇ ਮੈਂ ਬੇਨਤੀ ਕਰਾਂਗਾ ਸਾਡੀਆਂ ਜਿਹੜੀਆਂ ਬੜੀਆਂ ਮਾਂ ਤੇ ਸਰਕਾਰ ਰਸ਼ੀਦ ਤਾਂ ਨੂੰ ਗਰਾਊਂਡ ਤੇ ਜਾਣਗੀਆਂ ਠੀਕ ਹੈ ਠੀਕ ਹੈ ਦੋਨੋਂ ਸਾਈਡ ਤੋਂ ਜੋ ਮਨੋਂ ਭਰਾ ਬਣੇ ਸਾਡੇ ਪਿਆਰੇ ਦੇ ਪਰਵਾਦੇ ਸੱਜਣੇ ਦੇ ਨਾਲ ਜਿਹੜੇ ਜਾਣਗੇ ਸਰਦਾਰ ਜਸਪਾਲ ਸਿੰਘ ਢਿੱਲੋਂ ਪੀਡੀਐਸ ਡੀਐਸਪੀ ਸਾਹਿਬ ਲੋਟ ਇੰਸਪੈਕਟਰ ਅੰਗਰੇਜ਼ ਕੰਬੋਜ ਜੀ ਮੁੱਖ ਅਫਸਰ ਥਾਣਾ ਕਵਰ ਵਾਲਾ ਉਹਨਾਂ ਦੇ ਨਾਲ ਏਐਸਆਈ ਸੁਖਵਿੰਦਰ ਸਿੰਘ ਜੀ ਵੀਰ ਡੀਐਸਪੀ ਸਾਹਿਬ ਲੋਟ ਜਿਹੜੇ ਵਿਸ਼ੇਸ਼ ਤੌਰ ਤੇ ਆਏ ਨੇ ਤੇ ਜਿਹੜੇ ਮਾਜੂ ਵੀਰ ਨੇ ਨਾਲ ਜਿਹੜੇ ਆਏ ਨੇ ਬਹੁਤ ਵੱਡਾ ਧੰਨਵਾਦ ਅਸੀਂ ਕਰਦੇ ਹਾਂ ਹਰੀ ਪਹਿਲਾ ਮੈਚ ਜਿਹੜਾ ਭਾਗੋ ਨਾਲ ਫਾਈਨਲ ਖੇਡੇ ਜਾ ਰਹੇ ਆ ਇੱਕ ਪਾਰੀ ਦੀ ਸਮਾਪਤੀ ਹੋਈ ਹੈ ਤੇ ਦੂਜੀ ਪਾਰੀ ਦੇ ਇੱਕ ਓਵਰ ਦਾ ਸਮਾਪਤ ਹੋ ਚੁੱਕਿਆ ਹੈ ਤੇ ਵੱਡਾ ਧੰਨਵਾਦ ਕਰਦੇ ਦੋਨੋਂ ਟੀਮਾਂ ਜਾਣ ਪਹਿਚਾਣ ਦੇ ਲਈ ਸਾਡੀ ਜਿਹੜੇ ਮਾਂ ਤੇ ਸਰਕਾਰ ਨੂੰ ਸ਼ੁਕਰੀ ਗਰਾਊਂਡ ਦੇ ਲਈ ਹੈ ਫੁੱਟਬਾਲ ਵੀਰ ਗਰਾਊਂਡ ਦੇ ਉੱਤੇ ਆਏ ਸਾਡੀ ਬੇਨਤੀ ਹੈ ਬਹੁਤ ਵੱਡਾ ਧੰਨਵਾਦ ਸਾਰੇ ਮਾਂ ਤੇ ਸਰਕਾਰ ਵਿੱਚ ਜਿਹੜਾ ਸਾਡੇ ਨਾਲ ਪਹੁੰਚ ਚੁੱਕੇ ਸ਼ਹੀਦ ਅਮਰਦੀਪ ਸਿੰਘ ਨੂੰ ਯਾਦ ਵੀ ਟੂਰਨਾਮੈਂਟ ਦਾ ਖੇਡ ਲਗਾ ਰਹੇ ਆ ਅੱਜ ਉਸ ਘਰ ਦੀ ਯਾਦ ਨੂੰ ਸਮਰਪਿਤ ਮੇਲਾ ਹੈ ਤੇ ਇਸ ਮੇਲੇ ਦੇ ਪੰਖ ਹਰੀ ਧੀਰਾ ਵੀ ਲੈ ਕੇ ਜੀ ਫੋਟੋ ਆ ਗਈ ਧੀਰਾ ਤੁਹਾਡਾ ਭਰਾ ਹਾਂ ਹਾਂ ਆ ਗਿਆ ਜੀ ਆ ਗਿਆ ਦੋਨੋਂ ਟੀਮਾਂ ਨੇ ਜਾਣ ਪਹਿਚਾਣ ਤੋਂ ਬਾਅਦ ਦੋਨੋਂ ਟੀਮਾਂ ਦੇ ਨਾਲ ਇੱਕ ਯਾਦਗਾਰੀ ਸਨੈਪ ਜਿਹੜੀ ਕਰਵਾਈ ਜਾ ਰਹੀ ਹੈ ਹਨੇਰੀ ਆਉਂਦੀ ਹੈ ਤੂਫਾਨ ਚਲੇ ਜਾਂਦੇ ਆ ਯਾਦਾਂ ਰਹਿ ਜਾਂਦੀਆਂ ਨੁਕਸਾਨ ਚਲੇ ਜਾਂਦੇ ਆ ਸ਼ਹੀਦ ਅਮਨਦੀਪ ਸਿੰਧੂ ਯਾਦਗਾਰੀ ਮੇਲਾ ਹੈ 8 ਜੂਨ 2014 ਤੋਂ ਸਮਾਂ ਆਇਆ ਜਦੋਂ ਸਾਡਾ ਭਰਾ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਦੂਰ ਚਲਾ ਗਿਆ ਪਰ ਉਹਦੀਆਂ ਯਾਦਾਂ ਵੀ ਸਾਡੇ ਦਿਲਾਂ ਦੇ ਵਿੱਚ ਮੌਜੂਦ ਨੇ ਅੱਜ ਵੀ ਧੜਕਦੀਆਂ ਉਹਨਾਂ ਯਾਦਾਂ ਜਿੰਦਾ ਰੱਖਣ ਲਈ ਵੱਡਾ ਮੇਲਾ ਸਾਡੇ ਸਾਰੇ ਨਗਰ ਨਿਵਾਸੀ ਇਹਨਾਂ ਦੀ ਵੀਰ ਵੱਡਾ ਸਹਿਯੋਗ ਦੇ ਕੇ ਅੱਜ ਸਾਲ ਵੱਡਾ ਮੇਲਾ ਕਰਾਉਂਦੇ ਆ ਤੇ ਅੱਜ ਉਸੇ ਖੇਡ ਮੇਲੇ ਦਾ ਲਾਸਟ ਦਿਨ ਹੈ ਤੇ ਫਾਈਨਲ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ ਭਰਮਾ ਹੰਗਾਰਾ ਜਿਹੜਾ ਖੇਡ ਆਪਣੀ ਸਪਿੰਡ ਦੇ ਵਿੱਚ ਦਿੱਤਾ ਜਾਂਦਾ ਹੈ ਤੇ ਜਿਹੜੀਆਂ ਵੀ ਸ਼ਸ਼ੀ ਤਾਂ ਸਾਡੇ ਨਾਲ ਪਹੁੰਚ ਗਿਆ ਸੀ ਫਿਰ ਤੋਂ ਜਿਉਂਦੀ ਹੈ ਹਰਾਂਗੇ ਉਹਨਾਂ ਧੰਨਵਾਦ ਕਰਦੇ ਹਾਂ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਘਰ ਤਸ਼ਰੀਫ ਲੈ ਆਇਆ ਲੋ ਸਾਡੇ ਸਾਰਿਆਂ ਵੱਲੋਂ ਜੀ ਆਇਆ ਲੋ ਜਿਵੇਂ ਹੀ ਸਾਡੇ ਮੁੱਖ ਮੰਤਰੀ ਗਰਾਊਂਡ ਦੇ ਵਿੱਚ ਸਟੇਜ ਵੱਲ ਵਿਰਾਜਮਾਨ ਹੋਣਗੇ ਮੈਂ ਬੇਨਤੀ ਕਰਾਂਗਾ ਦੋਨੋਂ ਟੀਮਾਂ ਨੂੰ ਵੀ ਉਹ ਮੈਚ ਜਿਹੜਾ ਪਲੇ ਕਰ ਦੇਣਗੀਆਂ ਮੈਚ ਦੀ ਸ਼ੁਰੂਆਤ ਹੋ ਗਈ ਹੈ ਪੰਜਾਬ ਤੇ ਰਾਜਸਥਾਨ ਦੀਆਂ ਦੋ ਮੰਨੀਆਂ ਪਰਮੰਨੀਆਂ ਟੀਮਾਂ ਇੱਥੇ ਗਰਾਊਂਡ ਦੇ ਅੰਦਰ ਖੇਡ ਰਹੀਆਂ ਹਨ ਸਰਦਾਰ ਜਸਪਾਲ ਸਿੰਘ ਢਿੱਲੋਂ ਪੀਡੀਐਸ ਡੀਐਸਪੀ ਸਾਹਿਬ ਲੋਟ ਉਹਨਾਂ ਦੇ ਨਾਲ ਇੰਸਪੈਕਟਰ ਅੰਗਰੇਜ਼ ਕੰਬੋਜ ਜੀ ਮੁੱਖ ਅਫਸਰ ਥਾਣਾ ਕਵਰ ਵਾਲਾ ਏਐਸਆਈ ਸੁਖਵਿੰਦਰ ਸਿੰਘ ਜੀ ਲੀਡਰ ਡੀਐਸਪੀ ਸਾਹਿਬ ਲੋਟ
विशेष तौर पर आए हैं। जिन्हें भी शिक्षित जी आई हैं बहुत बड़ा धन्यवाद है। साढ़े दरबार से पहुंचे हुए जी हैं, मोस्ट वेलकम किया जा रहा है। शहीद अमनदीप सिद्धू यादगारी खेड मेला है। मैं पहले भी गल की 8 जून 2014 को साडा भरा चंडीगढ़ की इमारत के एक अग बुझा हो बाल टिकाने की बाल चौकी भी आओ गल टिकाने लगी है भैया।
ਲਾਉ ਜੋਰ ਕਹਿੰਦੇ ਲੱਗਿਆ ਪਿਆ ਹੈ ਸੂਰਜ ਦੇਵ ਤੇ ਰੋਸ਼ਨੀ ਕਦੇ ਘਟਦੀ ਜਾ ਰਹੀ ਹੈ ਤੇ ਸੂਰਜ ਦੇਵ ਤੇ ਰੋਸ਼ਨੀ ਮੱਧਮ ਕਰ ਦਿੱਤੀ ਹੈ ਫਾਈਨਲ ਮੁਕਾਬਲਾ ਹੈ ਪੰਜਾਬ ਤੇ ਰਾਜਸਥਾਨ ਦੀ ਜੋ ਚੋਟੀ ਦੀਆਂ ਟੀਮਾਂ ਟੌਪ ਦੀਆਂ ਟੀਮਾਂ ਹੈ ਜਿਹੜੀਆਂ ਇੱਕ ਦੂਜੇ ਦੇ ਕਦੇ ਵਿਰੋਧ ਵਿੱਚ ਖੇਡ ਰਹੀਆਂ ਹੈ ਆਹ ਮੁੰਡਾ ਸਾਹਿਬ ਹੈ ਹਬੂਰ ਦਾ ਏਰੀਆ ਹੈ ਗੋਨਿਆਂ ਦਾ ਮਾਣ ਕਹਿੰਦਾ ਹੁੰਦਾ ਹੈ ਕੁੜਤੇ ਹਬੂਰ ਦੇ ਚਾਚਿਆਂ ਤੋਂ ਦੇ ਚੱਕ ਚੱਕ ਅੱਡੀਆਂ ਦੇ ਗੱਡੀਆਂ ਲੱਗੀਆਂ ਉਹਦੇ ਹੀ ਦੀ ਚੱਲ ਕੇ ਟੀਮ ਆਈ ਹੈ ਅੱਜ 40 ਮੱਤੇ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਵੱਡਾ ਮੇਲਾ ਹੈ ਮਨੂ ਤਿਆਰ ਹੈ ਗੁਰਬਾਜ ਸਿੰਘ ਅਲਜੀਲਾ ਜੀ ਗੱਲਾਂ ਕਰਦੇ ਹੁੰਦੇ ਹੈ ਵੀ ਆਖਿਆ ਨੀ ਮੇਰੀ ਸਾਥੀ ਨੀ ਸਾਡੀ ਜ਼ਿੰਦਗੀ ਦੇ ਵਰ ਕੇ ਚਿੱਟੇ ਨੀ ਚਾਰ ਪਾਜਾ ਰੰਗ ਦੇ ਛਿੱਟੇ ਨੀ ਭਾਗੂ ਆਇਆ ਮੈਨੂੰ ਸੁੱਖ ਨਹੀਂ ਲੱਗਦੀ ਚਲੀ ਜਾਂਦੀਆਂ ਤਿਆਰੀ ਫੜ ਲੈ ਤਿਆਰੀ ਸ਼ਾਮਾਂ ਪੈਣ ਵਾਲੇ ਆਈਆਂ ਕਿਹਨੂੰ ਮਿਲ ਰਹੀਆਂ ਤੇ ਵਧਾਈਆਂ ਆਪਣੇ ਕੀਮਤੀ ਸਮੇਂ ਨੂੰ ਸਮਾਂ ਕੱਢ ਕੇ ਇਸ ਖੇਡ ਵਿਗਿਆਨ ਤੋਂ ਵਧਾਇਆ ਹੈ ਲੈ ਨੰਬਰ ਦਾ ਸਾਹ ਜਿਹਾ ਭਰਨਾ ਇੱਕ ਦੇ ਕੋਲੇ ਲਓ ਸਾਹਮਣੇ ਦੋਏ ਪਾਸੇ ਬਾਲ ਜਿਹੜੀ ਕਿਤੇ ਟਕਾਣੀ ਦੀ ਬਾਲ ਟੁੱਟੀ ਰਹੀ ਹੈ ਤਿੰਨ ਓਵਰ ਸਮਾਪਤ 36 ਤਿੰਨ ਓਵਰ 36 ਬਣ ਗਏ 32 ਰਹਿ ਗਏ 18 ਬੋਲਾ 32 18 ਬਾਲਾ 32 32 ਰਹਿ ਗਏ ਫਸ ਗਈ ਜਾੜ ਕਰਕੇ ਅੰਦਰ ਜੋ ਬੇਲਣ ਵਿੱਚ ਗੰਨਾ ਸ਼ਾਹ ਮੁਹੰਮਦ ਇੱਥੋਂ ਲੰਘੇ ਫਿਰ ਤੈਨੂੰ ਮੈਂ ਮੰਨਾ ਸ਼ਾਹ ਮੁਹੰਮਦ ਇੱਥੋਂ ਲੰਘੇ ਫਿਰ ਤੈਨੂੰ ਮੈਂ ਮੰਨਾ ਗੱਲਾਂ ਉਰਦੂ ਦੇ ਸ਼ਹਿਰਾਂ ਦੀਆਂ ਹੈ ਗੱਲਾਂ ਕਿਤੇ ਦੂਰ ਰੜੇ ਹੁੰਦੀਆਂ ਹੁਣ 32 ਜਾਈ ਰਿਹਾ ਹੈ 18 ਵਾਲਾਂ ਦੀ 36 ਬਣ ਗਿਆ ਹੈ ਬਹੁਤ ਬੜਾ ਧੰਨਵਾਦ ਸਾਡੇ ਸਾਰੇ ਵੀਰ ਸਾਡੇ ਪੰਕਜ ਲਈ ਵਰਿੰਦਰ ਆ ਗਿਆ ਮੁੰਡਾ ਭਾਗੂ ਪਿੰਡ ਦਾ ਲਾਲ ਪਾਉਂਗ ਲਈ ਹਰੀ ਭਰੇ ਵਾਲਾ ਮੁੰਡਾ ਕਹਿੰਦੇ ਰੋਹਿਤ ਪਿਆਰ ਹੈ ਪੰਜਾਬ ਦੀ ਹੱਦ ਤੇ ਕਰਕੇ ਵਸਿਆ ਪਿੰਡ ਆ ਹਰੀਪੁਰਾ ਕੰਦੂ ਖੇੜਾ ਪੀਟੀ ਵਾਲਾ ਮਿੱਡੂ ਖੇਡ ਦੀਆਂ ਗੱਲਾਂ ਹੈ ਦੀਰਗੜ ਢਾਬਾ ਹਰੀਪੁਰਾ ਭਗਤਪੁਰਾ ਸੰਤਪੁਰਾ ਇਹ ਲਾਗੇ ਲਾਗੇ ਕਰਕੇ ਪਿੰਡ ਨਾਲ ਮਾਲਾ ਰਾਮਪੁਰਾ ਬੋਲਿਆਂ ਦੀ ਬੜਾ ਪ੍ਰਸਿੱਧ ਪਿੰਡ ਹੈ ਆ ਰੋਹੀ ਦਾ ਰੋਹੀ ਦਾ ਆ ਤਿਆਬੇ ਨਾਲ ਛੱਕੇ ਮਾਰਦਾ ਹੈ ਰਾਂਝੜੇ ਕਦੇ ਛੇ ਜੋੜਦੇ ਮੁੰਡੇ ਨੇ ਆਪਣੀ ਕਦੇ ਟੀਮ ਲਈ ਵੀ ਹਵਾ ਕਰਦੇ ਅੱਜ ਦੇ ਨਿਆਣੇ ਬਲੀਏ ਅਸੀਂ ਬੋਲ ਦੇਣੀ ਗੁੰਡ ਹਾਂ ਪੁਰਾਣੇ ਬਲੀਏ ਇਹਨਾਂ ਡੌਲਿਆਂ ਨੇ ਸਵਾਰ ਦੇਣਾ ਸਾਰਾ ਕੰਮ ਨੀ ਮੂੰਹ ਤੇ ਥੁੱਕ ਲੀਏ ਟੱਕੇ ਹਥਿਆਰ ਜੱਟਣੇ ਫਿਰ ਦੇਖੇ ਜਿੰਨੇ ਪਿੰਡ ਦੀ ਬੜੀਰ ਨੇ ਉਹਦੇ ਦੇਖਿਆ ਨੀ ਕੱਲੇ ਐਤਵਾਰ ਜੱਟਣੇ ਬਾਕੀ ਗੱਲ ਤਾਂ ਟਿਕਾਣੇ ਆਏ ਹੁਣ ਮੈਨੂੰ ਲੱਗਦਾ ਵੀ 36 ਮਿੰਟ ਜਿਹੜੇ ਬਾਕੀ ਦੇ ਹੋਣੇ ਆ ਲਾ ਉਸਾਵੜੇ ਕੋਲੇ ਪਾਸੇ ਇੱਕ ਸਕੋਰ ਦਾ ਵਾਧਾ ਹੈ ਮਨੂ ਹਿਰਨਾ ਵਾਲੀ ਪਿੰਡ ਦਾ ਨਵੇਂ ਨਵੇਂ ਤਿਆਰ ਬਤਿਆਰ ਹੈ ਸਰਦਾਰ ਪਰਮਿੰਦਰ ਸਿੰਘ ਕੋਲਿਆਂ ਦੀ ਉਹ ਵੀ ਸਾਡੇ ਕੋਲ ਛੇ ਤਾਂ ਬਹੁਤ ਬੜਾ ਧੰਨਵਾਦ ਕਰਦੇ ਅਸੀਂ ਸਰਦਾਰ ਪਰਮਿੰਦਰ ਸਿੰਘ ਕੋਲਿਆਂ ਲਈ ਉਹ ਸਾਡੇ ਦਿਮਾਗ ਦੇ ਵਿਸ਼ੇਸ਼ ਤੌਰ ਤੇ ਆਇਆ ਬਹੁਤ ਬੜਾ ਧੰਨਵਾਦ ਹੈ ਜਿੰਨੀ ਭਰਾ ਜਿਹੜੇ ਮੈਂ ਨਾਲ ਆਏ ਉਹਨਾਂ ਦੀ ਬਹੁਤ ਬੜਾ ਧੰਨਵਾਦ ਕਰਾਂਗੇ ਅਸੀਂ ਸਾਡੇ ਦਰਮਿਆਨ ਜਿਹੜੀਆਂ ਪਹੁੰਚੀ ਹੋਈਆਂ ਸਾਡੀਆਂ ਮਾਂ ਤੇ ਸਤਿਕਾਰ ਉਹ ਚੀਤਾ ਨਹੀਂ ਇੱਕ ਸਕੋਰ ਦੇ ਕਦੇ ਵਾਧੇ ਨੇ ਜਿਹੜੇ ਮੁੰਡੇ ਨੇ ਆਪਣੀ ਟੀਮ ਲਈ ਕਰ ਦਿੱਤੇ ਹੈ ਇੱਕ ਸਕੋਰ ਜਿਹੜਾ ਜੁੜਦਾ ਹੋਇਆ ਵਰਿੰਦਰ ਬਾਲ ਪਾਉਣ ਲਈ ਤਿਆਰ ਤੇ ਰੋਹਿਤ ਨੇ ਅੱਜ ਉਹ ਪੁਰਾਣਾ ਸਮਾਂ ਯਾਦ ਕਰਾਤਾ ਲੋਕਾਂ ਨੂੰ ਜਦੋਂ ਆਹ ਮੁੰਡਾ ਕਹਿੰਦੇ ਸਾਰਾ ਸਾਰਾ ਦਿਨ ਟੀਮਾਂ ਪਰ ਬਾਲਾਂ ਪਾਈ ਜਾਂਦੀਆਂ ਸੀਗੀਆਂ ਤੇ ਰੋਹਿਤ ਆਪਣੇ ਕਹਿੰਦੇ ਸਾਰਾ ਦਿਨ ਆਊਟ ਨਹੀਂ ਹੁੰਦੇ ਸੀਗੇ ਪਰ ਹੁਣ ਬਈ ਭਾਗੋ ਇੱਥੇ ਖੜ ਲਓ ਇੱਥੇ 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 ਖੜ ਲਓ ਇੱਥੇ ਹਾਂ ਹਾਂ ਆਈ ਆਈ ਦੀ ਬੈਠ
तेनू लगे है
तैयारी फड़ना फाटा लेट रही है सत वाला शेर सत वाला शेर सत वाला लाओ भज 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 छे बाला ने पांच रह गए नंबर दा भी ताल ना ताल बलौदा उड़ता है और पांच रह गए छे बाला 31000 रिया पांच रन 31000 रे बेटा कह रही जी ने जिन्ना बेटा पतलियां कोने की 1000 कटी जानी छुट्टी मारी बेटा नहीं पतलियां है दुनिया डर ना लिखा दी हाथी ना लिखा खड़ दा ना उस सामने से ही आना है जो डर ता है ना किसे की दा है वो तो दुनिया खड़ दी है शे बाला पांच और आ शे बाला भी पांच रुक सकती है शेयर कर दो भरा अपने शे बाला पांच रह गए कुछ भी हो सकता है कुछ भी हो सकता है भले 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 पांच बाबा क्या रहे साउंडा लिया और वो कह रही पांच सौ मिल रहे और सात इधर इधर उधर उधर बंद जी हो रहा है और पांच बाबा दे इमिने फेंक रहा भोज पहना रहा ये भी सारे भाग रहा है पांच बाबा लोग क्या रहे पांच बाबा का तीस हजार रही है शेष हजार ही वाला हो रहा शेष हजार पांच बाबा चार रहे लाइन चल रही चार बाला दो रह गए मैं डरती रब रब कर दी लोकी कह रहे छुई मुई छुई मुई छुई मुई मैं डर दी रब रब कर दी लोकी कह रहे छुई मुई दो रह गए दो रह गए दो रह गए हो गया भाई पासे एक एक मैच टाई हो गया तीन बाला एक रह गया तीन बाला एक एक स्कोर पूरे 31000 बार ताली मार लो जोरा 31000 भगवान ने आज हर गया ते सावा टकाए बोजा हफ्ते 305 रहा 8760 घंटे 5 लाख 25000 600 मिनट लग जाएंगे 3 करोड़ 15 लाख 36000 सेंट लग जाएंगे मैच दसो किवें लग्या भाई यार बहुत तगड़ा मैच लग्या दो बाला एक शेयर कर दो भरा बने यार हजे भी दो बाला एक भैया प्यारी हवा प्यारी कुजी दे काना पेंदे नु टाइम भी लग रहा है दो बाला एक दो बाला एक फाइनल 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 स्वार आया है गल टकाने लागी है दो बाला एक थैंक यू राकेश वीरे दो बाला एक चाहिदा है ओ बल्ले बल्ले कमाल हो गई जमा यार एक बाल एक रह गया दसो फिर एक बाल एक एक बाल कती हजारी एक रन कती हजार फाइनल फाइनल कासो जिंदाबाद है कासो जिंदाबाद है एक बाल एक रह गया एक बाल एक कती हजार दी बाल 27 तरीक को मेला चलिया 31 तरीक है ते 31000 दा फैसला के करवा दे है कि दे मां
वाली गल है सारा टूरनामेंट मुक गया है पानी पुनी पुछा है पानी पुनी पुछा है आओ सामने दे ओरा भी ताके ताके वाइदा है ते जेड़ा सामने खड़ा है ओनू तां खड़े नूं ते एड़ी गई आंदी है एक बार कैश हड़ता कीपर ने ते जित गई टीम हरिपुरे दी ਜਿੱਤ ਗਈ ਵੀਰੇ ਹਰੀਪੁਰਾ ਸੈਕਿੰਡ ਭਾਗੀ ਦੋਨੋਂ ਟੀਮਾਂ ਦੇ ਕੋਲ ਆ ਗਏ।